ਇਹ ਨੇ ਸਰਦਾਰ ਮੇਵਾ ਸਿੰਘ ਲੋਪੋ ਕੇ ਜਿਨ੍ਹਾਂ ਨੇ ਕੈਨੇਡਾ ਦੇ ਇੱਕ ਇਮੀਗ੍ਰੇਸ਼ਨ ਇਨਸਪੈਕਟਰ WBC ਹੌਪਕਿੰਸਨ ਨੂੰ ਅਦਾਲਤ ਵਿੱਚ ਗੋਲੀ ਮਾਰ ਦਿੱਤੀ ਸੀ। ਮੇਵਾ ਸਿੰਘ ਗਦਰ ਪਾਰਟੀ ਦੇ ਇੱਕ ਸੂਝਵਾਨ ਲੀਡਰ ਸੀ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਨੂੰ ਭਾਰਤ ਵਿੱਚੋਂ ਖਤਮ ਕਰਨ ਦੀ ਗੱਲ ਕੀਤੀ। ਅਸਲ ਵਿੱਚ ਬੇਲਾ ਸਿੰਘ ਨਾਮ ਦੇ ਇੱਕ ਬੰਦੇ ਨੇ ਜੋ ਕਿ WC ਹੌਪਕਿੰਸਨ ਦਾ ਖਬਰੀ ਸੀ, ਉਸ ਨੇ ਗੁਰਦੁਆਰਾ ਸਾਹਿਬ ਅੰਦਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਸੀ। ਅਤੇ ਜਦੋਂ ਬੇਲਾ ਸਿੰਘ ਤੇ ਦੋ ਲੋਕਾਂ ਦੀ ਹੱਤਿਆ ਦਾ ਕੇਸ ਚਲਾਇਆ ਜਾਂਦਾ ਹੈ ਤਾਂ ਹੌਪਕਿੰਸਨ ਬੇਲਾ ਸਿੰਘ ਦੇ ਹੱਕ ਵਿੱਚ ਅਦਾਲਤ ਵਿੱਚ ਗਵਾਹੀ ਦੇਣ ਆਇਆ ਸੀ ਕਿ ਬੇਲਾ ਸਿੰਘ ਦੀ ਜਾਨ ਨੂੰ ਖਤਰਾ ਸੀ ਅਤੇ ਉਸ ਨੇ ਆਪਦੇ ਬਚਾਅ ਲਈ ਗੋਲੀ ਚਲਾਈ ਸੀ। ਜਦੋਂ ਹੌਪਕਿੰਸਨ ਅਦਾਲਤ ਦੇ ਕੰਪਲੈਕਸ ਵਿੱਚ ਇੰਤਜ਼ਾਰ ਕਰ ਰਿਹਾ ਸੀ ਤਾਂ ਮੇਵਾ ਸਿੰਘ ਨੇ ਉਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਮੇਵਾ ਸਿੰਘ ਨੇ ਦੱਸਿਆ ਕਿ ਹੌਪਕਿੰਸਨ ਦਾ ਕੰਮ ਹੀ ਭਾਰਤੀਆਂ ਤੇ ਸਿੱਖਾਂ ਨੂੰ ਪਰੇਸ਼ਾਨ ਕਰਨਾ ਸੀ ਅਤੇ ਅਦਾਲਤ ਵਿੱਚ ਵੀ ਉਹ ਝੂਠੀ ਗਵਾਹੀ ਦੇਣ ਆਇਆ ਸੀ।